ਗੀਤ ਕਿਸੇ ਸਮਾਜ ਦੇ ਦਰਪਣ ਦਾ ਕੰਮ ਕਰਦੇ ਨੇ। ਜਿਸ ਤਰ੍ਹਾਂ ਦੇ ਗੀਤ ਕਿਸੇ ਸਮਾਜ ਵਿੱਚ ਗਾਏ ਜਾਣਗੇ, ਉਸ ਤਰ੍ਹਾਂ ਦੀ ਉੱਥੋਂ ਦੀ ਹੀ ਨੌਜਵਾਨ ਪੀੜ੍ਹੀ ਹੋਵੇਗੀ, ਕਿਉਂਕਿ ਗੀਤ ਸੰਗੀਤ ਮਨੁੱਖੀ ਜੀਵਨ 'ਤੇ ਚੰਗਾ ਜਾਂ ਮਾੜਾ ਪ੍ਰਭਾਵ ਪਾਉਂਦੇ ਨੇ। ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਨੇ ਤਾਂ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਚੰਗੇ ਗੀਤ ਸੰਗੀਤ ਨਾਲ ਜੋੜ ਕੇ ਉਹਨਾਂ ਦੀ ਸ਼ਕਤੀ ਨੂੰ ਉਸਾਰੂ ਕੰਮਾਂ ਵਿੱਚ ਲਗਾਇਆ ਜਾ ਸਕੇ। ਇਸ ਤਹਿਤ SSP ਪਟਿਆਲਾ ਡਾਕਟਰ ਐਸ ਪੂਪਤੀ ਨੇ ਅੱਜ ਕਲਾਕਾਰਾਂ ਅਤੇ DJ ਗਰੁੱਪਾਂ ਦੇ ਕਰੀਬ 130 ਮੈਂਬਰਾਂ ਨਾਲ ਪੁਲਿਸ ਲਾਈਨ ਪਟਿਆਲਾ ਵਿਖੇ ਮੀਟਿੰਗ ਕੀਤੀ, ਜਿਸ ਵਿੱਚ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਪੰਜਾਬੀ ਕਲਾਕਾਰ ਪੰਮੀ ਬਾਈ ਅਤੇ ਐਮੀ ਵਿਰਕ ਸ਼ਾਮਲ ਹੋਏ। ਇਹਨਾਂ ਤੋਂ ਇਲਾਵਾ ਵੱਖ ਵੱਖ DJ ਗਰੁੱਪਾਂ ਨੇ ਵੀ ਮੀਟਿੰਗ ਵਿੱਚ ਭਾਗ ਲਿਆ। ਇਸ ਮੌਕੇ SSP ਡਾਕਟਰ ਐਸ ਪੂਪਤੀ ਨੇ ਕਿਹਾ ਕਿ ਪੰਜਾਬੀ ਕਲਾਕਾਰਾਂ ਵੱਲੋਂ ਨਸ਼ੇ ਅਤੇ ਅਸਲੇ ਸੰਬੰਧੀ ਉਕਸਾਉਣ ਵਾਲੇ ਗੀਤ ਨਾ ਲਿਖੇ ਜਾਣ, ਨਾ ਰਿਕਾਰਡ ਕੀਤੇ ਜਾਣ, ਨਾ ਗਾਏ ਜਾਣ ਅਤੇ ਨਾ ਹੀ DJ ਵਿੱਚ ਵਜਾਏ ਜਾਣ। ਉਹਨਾਂ ਕਿਹਾ ਕਿ ਅਜਿਹੇ ਗੀਤ ਨੌਜਵਾਨ ਪੀੜ੍ਹੀ ਵਿੱਚ ਮੁਜਰਮਾਂ ਵਾਲੀ ਪ੍ਰਵਿਰਤੀ ਨੂੰ ਜਨਮ ਦਿੰਦੇ ਨੇ, ਜਿਸ ਨਾਲ ਉਹ ਜੁਰਮ ਦੀ ਦੁਨੀਆਂ ਵਿੱਚ ਬੁਰੀ ਤਰ੍ਹਾਂ ਧੱਸ ਕੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਨੇ। ਉਹਨਾਂ ਕਿਹਾ ਕਿ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਸਮਾਜ ਨੂੰ ਸਹੀ ਸੇਧ ਦੇਣ ਵਾਸਤੇ ਚੰਗੇ ਗੀਤਾਂ ਦੀ ਰਚਨਾ ਕਰੀਏ। ਸੋ ਅੱਜ ਜਿਹੜਾ ਮੀਟਿੰਗ ਹੋਇਆ, ਮੇਨ ਮੁੱਦਾ ਸੀਗਾ ਹਾਊ ਟੂ ਸਟਾਪ ਗਲੋਰੀਫਾਇੰਗ ਗੈਂਗਸਟਰ ਕਲਚਰ ਇਨ ਪੰਜਾਬ, ਖਾਸ ਕਰਕੇ ਜੋ ਪੰਜਾਬੀ ਸਿੰਗਰਸ ਔਰ DJs ਨੇ ਉਹਨਾਂ ਬਾਰੇ ਮੈਂ ਸਪੈਸ਼ਲ ਸੈਂਸਟੀਸੇਸ਼ਨ ਪ੍ਰੋਗਰਾਮ ਕੀਤਾ ਸੀ। ਜਿਹੜਾ ਅੱਜ ਦੀ ਮੀਟਿੰਗ ਵਿੱਚ DJs, ਪੰਜਾਬੀ ਸਿੰਗਰਸ, ਸੌਂਗ ਕੰਪੋਜ਼ਰਸ ਔਰ ਲਿਰਿਸਿਸਟ ਸਾਰਿਆਂ ਨੂੰ ਆਏ ਹੋਏ ਨੇ, ਸਾਰਿਆਂ ਨੂੰ ਆਪਾਂ ਅਪੀਲ ਕੀਤਾ ਸੀ ਕਿ ਇਹ ਸਾਡਾ ਸੋਸ਼ਲ ਰਿਸਪੋਂਸਿਬਿਲਿਟੀ ਹੈ, ਜਿਵੇਂ ਆਪਾਂ ਗੈਂਗਸਟਰਸ ਕਲਚਰ ਨੂੰ ਪੰਜਾਬ ਦੇ ਵਿੱਚ ਬੰਦ ਕਰਨਾ ਤੁਹਾਡੇ ਲਈ ਵੀ ਇੱਕ ਵੱਡੇ ਸੋਸ਼ਲ ਰਿਸਪੋਂਸਿਬਿਲਿਟੀ ਹੈ, ਤੁਸੀਂ ਗੈਂਗਸਟਰਸ ਨੂੰ ਗਲੋਰੀਫਾਈ ਕਰਕੇ ਕੋਈ ਗਾਣਾ ਨਾ ਗਾਵੇ। ਫਿਰ ਆਪਾਂ ਇਹਦੇ ਮੀਟਿੰਗ ਵਿੱਚ DJ ਵੱਲੋਂ ਨੂੰ ਕੁਛ ਸਮੱਸਿਆ ਸਾਹਮਣੇ ਆਇਆ, ਬਟ ਅਲਟੀਮੇਟਲੀ ਇਟਸ ਜੁਆਇੰਟ ਰਿਸਪੋਂਸਿਬਿਲਿਟੀ। ਪਹਿਲੇ ਸ਼ੁਰੂਆਤ ਸੇ ਇਹ ਜੋ ਗੈਂਗਸਟਰਸ ਨੂੰ ਗਲੋਰੀਫਾਈ ਕਰਕੇ ਗਾਣਾ ਗਾ ਰਹੇ, ਉਹ ਮਤਲਬ ਖੁਦ ਇੱਕ ਫੈਸਲਾ ਲੈਣਾ ਚਾਹੀਦਾ ਹਰ ਸਿੰਗਰਸ ਨੂੰ, ਹਰ ਸੌਂਗ ਕੰਪੋਜ਼ਰਸ ਨੂੰ। ਇਸ ਤਰ੍ਹਾਂ ਗਲੋਰੀਫਾਇੰਗ ਸੌਂਗਸ ਉਹਨਾਂ ਨੇ ਬਿਲਕੁਲ ਲਿਖਣਾ ਨਹੀਂ ਔਰ ਗਾਣਾ ਨਹੀਂ। ਜਦੋਂ ਸ਼ੁਰੂਆਤ ਉੱਤੇ ਹੋ ਜਾਏਗਾ, ਫਿਰ ਸਲੋਲੀ ਸਲੋਲੀ DJs ਕੇ ਪਾਸ ਵੀ ਇਸ ਤਰ੍ਹਾਂ ਗਾਣਾ ਰਿਕੁਐਸਟ ਬਿਲਕੁਲ ਨਹੀਂ ਆ ਜਾਏਗਾ, ਕਿਉਂਕਿ ਜਦੋਂ ਇਸ ਤਰ੍ਹਾਂ ਗਾਣਾ ਵੀ ਨਹੀਂ ਹੈ, ਆਟੋਮੈਟਿਕਲੀ DJs ਕੇ ਉੱਪਰ ਜੋ ਪ੍ਰੈਸ਼ਰ ਪਰੇ ਉਹ ਵੀ ਆਟੋਮੈਟਿਕਲੀ ਬੰਦ ਹੋ ਜਾਏਗਾ। ਤੋ ਇਸ ਕਰਕੇ ਅੱਜ ਮੀਟਿੰਗ ਦੇ ਵਿੱਚ ਈਵਨ ਜੋ ਸਿੰਗਰਸ ਨੇ ਵੀ ਆਏ ਨੇ, ਦੇ ਆਲਸੋ ਅਗਰੀਡ ਦੈਟ ਦੇ ਵਿਲ ਨਾਟ ਇੰਡਲਜ ਔਰ ਦੇ ਵਿਲ ਨਾਟ ਸਿੰਗ ਸੱਚ ਸੌਂਗਸ ਇਨ ਫਿਊਚਰ। ਥੈਂਕ ਯੂ। ਚਲੋ ਇਹ ਤੋਂ ਸ਼ੁਰੂਆਤ, ਦਿਸ ਇਜ਼ ਅ ਫਸਟ ਸਟੈਪ। ਪਹਿਲੇ ਤੋਂ ਇਟਸ ਐਨ ਅਪੀਲ ਟੂ ਆਲ ਸਿੰਗਰਸ, ਕਿਉਂਕਿ ਇੱਕ ਤੋਂ ਕਾਨੂੰਨ ਤੋਂ ਹਰ ਚੀਜ਼ ਕਾ ਕਾਨੂੰਨ ਹੈ, ਬਟ ਕਾਨੂੰਨ ਤੋਂ ਇਲਾਵਾ ਇੱਕ ਮੋਰਲ ਔਰ ਸੋਸ਼ਲ ਰਿਸਪੋਂਸਿਬਿਲਿਟੀ ਜ਼ਰੂਰ ਚਾਹੀਦੀ ਹੈ। ਠੀਕ ਹੈ ਨਾ, ਦਿਸ ਇਜ਼ ਦਾ ਫਸਟ ਸਟੈਪ ਐਂਡ ਆਲ ਜੋ ਪਾਰਟੀਸੀਪੈਂਟਸ ਦੇ ਅਗਰੀਡ ਦੈਟ ਦੇ ਵਿਲ ਕੋਆਪਰੇਟ ਵਿਦ ਦਾ ਗਵਰਨਮੈਂਟ ਐਂਡ ਸਿਸਟਮ, ਸੋ ਹੋਪਫੁਲੀ ਦਿਸ ਵਿਲ ਹੈਵ ਅ ਪੋਜ਼ਿਟਿਵ ਇੰਪੈਕਟ। ਚਲੋ ਉਹ ਆਪਾਂ ਅੱਗੇ ਦੇਖਣਾ ਇਸਕਾ ਡਿਵੈਲਪਮੈਂਟ ਕਿਸ ਤਰ੍ਹਾਂ ਹੁੰਦੀ ਹੈ। ਸੋ ਸ਼ੁਰੂਆਤ ਉਹ ਇਹੀ ਹੈ, ਜਸਟ ਵੀ ਟ੍ਰਾਈ ਟੂ ਇਨਵੋਕ ਦੀ ਮੋਰਲ ਐਂਡ ਐਥੀਕਲ ਵੈਲਿਊ ਵਿਦ ਆਲ, ਖਾਸ ਕਰਕੇ ਸਿੰਗਰਸ ਐਂਡ ਸੌਂਗ ਕੰਪੋਜ਼ਰਸ। ਇਸ ਮੌਕੇ ਪੰਜਾਬੀ ਗਾਇਕ ਪੰਮੀ ਬਾਈ ਅਤੇ ਐਮੀ ਵਿਰਕ ਨੇ ਸਾਫ ਸੁਥਰੇ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਉਣ ਵਿੱਚ ਹੀ ਭਰੋਸਾ ਪ੍ਰਗਟਾਇਆ। ਕਾਫੀ ਸਤਿ ਸ਼੍ਰੀ ਅਕਾਲ ਜੀ, ਜਿੰਨਾ ਵੀ ਮੀਡੀਆ ਪਹੁੰਚਿਆ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਕਰਦੇ ਹਾਂ, ਅਤੇ ਪੰਜਾਬ ਪੁਲਿਸ ਦਾ ਬਹੁਤ ਜ਼ਿਆਦਾ ਵਧੀਆ ਇਨੀਸ਼ੀਟਿਵ ਹੈ ਜੀ, ਪੰਜਾਬ ਗਵਰਨਮੈਂਟ ਦਾ, SSP ਸਾਹਿਬ ਦਾ ਥੈਂਕਸ ਕਰਦੇ ਹਾਂ ਜੀ, ਅਤੇ DSP ਸਾਹਿਬ ਦਾ ਥੈਂਕਸ ਕਰਦੇ ਹਾਂ, SSP ਸਾਹਿਬ SP ਸਾਹਿਬ ਦਾ ਥੈਂਕਸ ਕਰਦਾ ਹਾਂ, ਜਿਨ੍ਹਾਂ ਦੇ ਕਰਕੇ ਤੁਹਾਡੇ ਸਾਰਿਆਂ ਦੇ ਮੈਂ ਮੂਵ ਹੋਇਆ ਜੀ। ਅਤੇ ਬੇਸਿਕਲੀ ਇਹ ਗਨ ਕਲਚਰ ਜਿਹੜਾ ਪ੍ਰਮੋਟ ਹੁੰਦਾ ਥਰੂ ਸਿੰਗਰਸ, ਅਤੇ ਜਿੰਨਾ ਵੀ ਮਤਲਬ ਜਿੰਨਾ ਵੀ ਅੱਗੇ ਗਨ ਕਲਚਰ ਜਿਹੜਾ ਵੀ ਹੋਇਆ ਅੱਜ ਤੱਕ, ਜਿੰਨੇ ਵੀ ਗਾਣੇ ਆਏ ਆ, ਚਲੋ ਉਹ ਫਿਰ ਨਹੀਂ ਬੰਦ ਹੁੰਦੇ ਜੇ ਆਪਾਂ ਸਲੋਲੀ ਇੱਕ ਨਵਾਂ ਸਟੈਪ ਅੱਗੇ ਰੱਖਦੇ ਹਾਂ, ਇੱਕ ਨਵੀਂ ਸ਼ੁਰੂਆਤ ਕਰਦੇ ਹਾਂ ਵੀ ਅੱਗੇ ਤੋਂ ਜਾਂ ਇੱਦਾਂ ਦੇ ਗਾਣੇ ਨਾ ਹੋਣ, ਅਤੇ ਉਹ ਬਹੁਤ ਵਧੀਆ ਗੱਲ ਹੁੰਦਾ।
ਕਿਉਂਕਿ ਜਿਹੜੇ ਪਿਛਲੇ ਗਾਣੇ ਆਏ ਆ ਸੋ ਉਹ ਹੌਲੀ ਹੌਲੀ ਸਲੋਲੀ ਡੇ ਬਾਏ ਡੇ ਜਾਂ ਭਾਵੇਂ ਡੀ ਜੇ ਵਾਲੇ ਦੇ ਥਰੂ ਹੋ ਜਾਣ ਜਾਂ ਭਾਵੇਂ ਆਰਟਿਸਟਾਂ ਦੇ ਥਰੂ ਉਹ ਗਾਣੇ ਬੰਦ ਹੋਣੇ ਚਾਹੀਦੇ ਆ. ਸੋ ਮੇਰਾ ਪਬਲਿਕ ਨੂੰ ਬੇਸਿਕਲੀ ਇਹ ਇੱਕ ਅਪੀਲ ਹੈ ਵੀ ਤੁਸੀਂ ਇਹ ਗਾਣੇ ਸੁਣਨੇ ਬੰਦ ਕਰੋ. ਬੇਸਿਕਲੀ ਆਰਟਿਸਟ ਡੈਫੀਨੇਟਲੀ ਗਾਉਣਾ ਬੰਦ ਕਰ ਦੂਗਾ ਜਦੋਂ ਉਹਦਾ ਕੋਈ ਇੱਦਾਂ ਦਾ ਗਾਣਾ ਮਾੜਾ ਗਾਣਾ ਚੱਲੂਗਾ ਨਹੀਂ, ਫਿਰ ਉਹ ਕਹੂਗਾ ਕਿਉਂ. ਆਰਟਿਸਟ ਹਰ ਬੰਦਾ ਨੂੰ ਰੋਟੀ ਤੱਕ ਹਰ ਬੰਦਾ ਪੈਸੇ ਨੂੰ ਲੈ ਕੇ ਜਾਂ ਰੋਟੀ ਲੈ ਕੇ ਚੱਲਦਾ. ਜੇ ਚੰਗੇ ਗਾਣੇ ਪ੍ਰਮੋਟ ਕਰਾਂਗੇ, ਚੰਗੇ ਕਲਾਕਾਰਾਂ ਦੇ ਫੰਕਸ਼ਨ ਲੱਗਣਗੇ, ਚੰਗੇ ਕਲਾਕਾਰਾਂ ਦੇ ਪ੍ਰੋਗਰਾਮ ਹੋਣਗੇ, ਤਾਂ ਡੈਫੀਨੇਟਲੀ ਉਹ ਗਾਣੇ ਜ਼ਿਆਦਾ ਪ੍ਰਮੋਟ ਹੋਣਗੇ. ਅੱਛੇ ਗਾਣੇ ਗੱਲ ਕਰੀਏ ਉਹ ਹੀ ਨੈਤਿਕ ਫਰਜ਼ ਤੇ. ਹਾਂ 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 ਨਹੀਂ ਮੈਂ ਮੇਨ ਹੋ ਕੇ ਗੱਲ ਦੱਸੀ ਆ, ਮੈਂ ਲਾਸਟ ਵਾਲੀ ਗੱਲ ਦੱਸੀ ਆ ਬਿਲਕੁਲ, ਵੀ ਲਾਸਟ ਜਿਹੜੀ ਗੱਲ ਆ ਆਰਟਿਸਟ ਨੂੰ ਨਹੀਂ ਗਾਉਣਾ ਚਾਹੀਦਾ ਹੁਣ, ਕਿਉਂਕਿ ਹੁਣ ਤਾਂ ਗਾ ਵੀ ਨਹੀਂ ਸਕਦੇ. ਹੁਣ ਤਾਂ ਜਿਹੜੀ ਇੱਥੇ ਗੱਲ ਸ਼ੁਰੂ ਹੋ ਗਈ ਉਹ ਤਾਂ ਗਾਊਗਾ ਵੀ ਨਹੀਂ ਕੋਈ, ਡੈਫੀਨੇਟਲੀ ਨਹੀਂ ਗਾਊਗਾ ਜਦੋਂ ਇੱਕ ਕਾਨੂੰਨ ਹੀ ਆ. ਵੈਸੇ ਇੱਕ ਜਿਹੜਾ ਆਪਣਾ ਮੋਰਲ ਫਰਜ਼ ਜਿਹਦਾ ਐਸ ਐਸ ਪੀ ਸਾਹਿਬ ਨੇ ਪਹਿਲਾਂ ਕਿਹਾ, ਅਤੇ ਇੱਕ ਆਪਣਾ ਜਿਹੜਾ ਨੈਤਿਕ ਧਰਮ ਬਣਦਾ, ਨੈਤਿਕ ਇੱਕ ਫਰਜ਼ ਬਣਦਾ ਵੀ ਆਪਾਂ ਨੂੰ ਇਹ ਚੀਜ਼ ਮਾੜੀ ਚੀਜ਼ ਨਹੀਂ ਗਾਉਣੀ ਚਾਹੀਦੀ, ਚਾਹੇ ਕਿਸੇ ਚੀਜ਼ ਨੂੰ ਲੈ ਕੇ. ਅੱਛੀ ਚੀਜ਼ ਗਾਵਾਂਗੇ ਜਿਵੇਂ ਹੁਣ ਮੈਂ ਫਿਲਮਾਂ ਕਰਦਾ, ਮੈਂ ਆਪਣਾ ਤੋਂ ਆਪਣਾ ਫਰਜ਼ ਦੱਸਦਾ, ਮੈਂ ਫਿਲਮਾਂ ਕਰਦਾ, ਜੇ ਕੋਈ ਮੈਂ ਮਾੜੀ ਚੀਜ਼ ਗਾਊਂਗਾ ਤਾਂ ਮੈਨੂੰ ਫੈਮਲੀਆਂ ਸੁਣਨੀਆਂ ਬੰਦ ਕਰ ਦੇਣੀਆਂ. ਡੈਫੀਨੇਟਲੀ ਫੈਮਲੀ ਨੂੰ ਹੁੰਦਾ ਵੀ ਆਪਣਾ ਚੰਗੇ ਗਾਣੇ ਸੁਣੀਏ, ਮੈਨੂੰ ਫੈਮਲੀਆਂ ਸੁਣਨੀਆਂ ਬੰਦ ਕਰ ਦੇਣ, ਜੇ ਮੈਨੂੰ ਫੈਮਲੀਆਂ ਸੁਣਨੀਆਂ ਬੰਦ ਕਰ ਦੇਣਗੀਆਂ ਮੇਰੀਆਂ ਫਿਲਮਾਂ ਕਿਵੇਂ ਚੱਲਣਗੀਆਂ. ਮੇਰੇ ਲਈ ਫੈਮਲੀਆਂ ਜੋੜਨੀਆਂ, ਜੇ ਮੈਂ ਮੇਨ ਹੋ ਕੇ ਵੀ ਗੱਲ ਕਰਾਂ ਸੈਲਫਿਸ਼ ਹੋ ਕੇ, ਵੀ ਮੇਰੇ ਨਾਲ ਫੈਮਲੀ ਜੋੜਨੀਆਂ ਮੇਰੇ ਲਈ ਬਹੁਤ ਜ਼ਰੂਰੀ ਨੇ, ਕਿਉਂਕਿ ਫੈਮਲੀਜ਼ ਦੇ ਨਾਲ ਹੀ ਫਿਲਮਾਂ ਸੁਪਰ ਹਿੱਟ ਹੁੰਦੀਆਂ. ਬਹੁਤ ਡੈਫੀਨੇਟਲੀ ਕਰਾਂਗੇ ਸਰ, ਡੈਫੀਨੇਟਲੀ. ਵੈਸੇ ਤਾਂ ਮੈਂ ਬਹੁਤ ਘੱਟ ਕੀਤੇ ਹੋਏ ਨੇ ਸ਼ੋਅ ਲਾਉਣੇ ਲਾਈਵ, ਕਿਉਂਕਿ ਹੁਣ ਜਿੱਦਾਂ ਜੇ ਪਿਛਲੇ ਜਿਵੇਂ ਅਸੀਂ ਗਾਇਆ, ਪਿਛਲੇ ਮੈਂ 4-5 ਸਾਲ ਤੋਂ ਕੰਟੀਨਿਊਸਲੀ ਗਾਇਆ. ਜਦੋਂ ਉੱਥੇ ਇੱਕ ਪਹਿਲੀ ਗੱਲ ਤਾਂ ਜਿਹੜੀ ਮਤਲਬ ਪੈਲਸਾਂ ਦੇ ਵਿੱਚ ਹਥਿਆਰ ਜਾਣੇ ਬੰਦ ਹੋਣ, ਵੈਸੇ ਥਾਂ ਥਾਂ ਬੋਰਡ ਲੱਗੇ ਆ, ਅਸੀਂ ਟਰਾਈ ਕਰਦੇ ਹਾਂ ਵੀ ਨਾ ਜਾਣ ਸਾਰਿਆਂ ਨੂੰ. ਹੋਰ ਇੱਕ ਦੋ ਵਾਰੀ ਬੇਨਤੀ ਹੈ ਵੀ ਭਾਵੇਂ ਉੱਥੇ ਤੁਸੀਂ ਬਾਹਰ ਲਾ ਲਓ ਕੋਈ ਨਾ ਕੋਈ ਸਕੈਨਿੰਗ ਮਸ਼ੀਨ ਲਾ ਲਓ, ਵੀ ਅੰਦਰ ਨਾ ਹਥਿਆਰ ਜਾਵੇ ਉਸ ਫਿਲਮ ਦੇ ਵਿੱਚ, ਆਪਣਾ ਉਹਦੇ ਵਿੱਚ ਪੈਲਸ ਦੇ ਵਿੱਚ. ਬੇਸਿਕਲੀ ਜਦੋਂ ਹੁਣ ਮੈਂ ਸ਼ੁਰੂ ਤੋਂ 7-8 ਸਾਲਾਂ ਤੋਂ ਗਾਇਆ, ਜਦੋਂ ਇੱਕ ਫੈਰ ਹੁੰਦਾ ਸੀਗਾ ਮੈਂ ਰਾਈਟ ਵਿੱਚ ਤਾਂ ਨਹੀਂ ਦਿੰਦਾ ਸੀਗਾ ਵੀ ਪਲੀਜ਼ ਜਿਹੜਾ ਮਤਲਬ ਤੁਸੀਂ ਫੈਰ ਫੂਰ ਕਰ ਦਿਓ ਬੰਦ ਕਰ ਦਿਓ, ਵਿਆਹ ਦੇ ਵਿੱਚ ਇਹ ਚੀਜ਼ਾਂ ਅਲਾਊਡ ਨਹੀਂ ਹੋਣੀਆਂ ਚਾਹੀਦੀਆਂ. ਤਾਂ ਕੁਛ ਨਹੀਂ ਪਤਾ, ਕੋਈ ਵਡਿਆਈ ਥੋੜ੍ਹਾ ਵੀ ਤੁਸੀਂ ਪਿਸਤੌਲ ਜੇ ਤੁਹਾਡੇ ਕੋਲ ਹੈਗਾ ਤੁਸੀਂ ਹੱਥ ਹਵਾਈ ਫਾਇਰ ਕਰੀ ਜਾਓ, ਲੈਣਾ ਨਹੀਂ ਦੇਣਾ ਨਹੀਂ. ਫਿਰ ਉਸ ਤੋਂ ਬਾਅਦ 'ਚ ਇਹ ਚੀਜ਼ ਮੈਂ ਇੱਕ ਆਪਣਾ ਇੱਕ ਵਾਰਨਿੰਗ 'ਤੇ ਵੀ ਹੁਣ ਤੁਸੀਂ ਨਾ ਚਲਾਓ, ਜਦੋਂ ਦੂਜੀ ਕੋਈ ਗੋਲੀ ਗੋਲੀ ਚੱਲਦੀ ਸੀਗੀ ਉੱਥੇ ਭਾਵੇਂ ਅਗਲੇ ਚਾਰ ਚਲਾਉਂਦੇ ਸੀਗੇ, ਅਸੀਂ ਪ੍ਰੋਗਰਾਮ ਬੰਦ ਕਰਕੇ ਆਪਦਾ ਵਾਪਸ ਆਏ. ਪੰਜਾਬੀ ਕਲਾਕਾਰਾਂ ਤੋਂ ਇਲਾਵਾ SPD ਸ੍ਰੀ ਹਰਵਿੰਦਰ ਸਿੰਘ ਵਿਰਕ, SPCT ਸ੍ਰੀ ਕੇਸਰ ਸਿੰਘ ਅਤੇ ਸਮੂਹ ਥਾਣਿਆਂ ਦੇ ਮੁਖੀ ਸਹਿਬਾਨ ਵੀ ਹਾਜ਼ਰ ਸਨ. ਪਟਿਆਲਾ ਤੋਂ ਪ੍ਰੀਤ ਰੰਧਾਵਾ ਦੀ ਰਿਪੋਰਟ, ATV ਨਿਊਜ਼. ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ.